ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡਾ ਮਨ ਭਾਉਂਦਾ ਪ੍ਰੋਗਰਾਮ ਇੱਕ ਮੁਲਾਕਾਤ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਅਤੇ ਅੱਜ ਸਾਡੇ ਨਾਲ ਇਸ ਮਹਿਫਲ ਦੇ ਵਿੱਚ ਜੁੜੇ ਨੇ ਬਹੁਤ ਹੀ ਹਰਮਨ ਪਿਆਰੇ ਫਨਕਾਰ, ਲੋਕ ਗਾਇਕ ਰਾਜਿੰਦਰ ਸਨਮ ਜੀ। ਰਾਜਿੰਦਰ ਸਨਮ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਆਪਣੇ ਦੁਆਬਾ ਰੇਡੀਓ ਦਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਸਮਰਜੀਤ ਸਿੰਘ ਸੰਮੀ ਸਾਡੇ ਭਾਈ ਸਾਹਿਬ ਜੋ ਓਨਰ ਨੇ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ। ਅਮਰੀਕ ਜੱਸਲ ਜੀ, ਜਿਨ੍ਹਾਂ ਦੀ ਬਦੌਲਤ ਤੁਹਾਡਾ ਮੈਂ ਰੂਬਰੂ ਹੋਇਆ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਰਦਾ ਮੈਂ। ਸਨਮ ਜੀ, ਆਪਾਂ ਜਿਹੜੇ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ, ਹਾਂਜੀ, ਕਿ ਰਜਿੰਦਰ ਸਨਮ ਕਦੋਂ ਬਣੇ? ਐਕਚੁਅਲੀ ਮੇਰਾ ਨਾਂ ਤਾਂ ਮੇਰੀ ਮਦਰ ਨੇ ਜਿਹੜਾ ਨਾਂ ਰੱਖਿਆ ਸੀ ਰਜਿੰਦਰ ਕੁਮਾਰ ਹੈ ਜਿੱਦਾਂ, ਜੀ ਜੀ, ਤਾਂ ਬਟ ਸਨਮ ਦਾ ਮੇਰਾ ਇੱਕ ਤਖੱਲਸ ਜਦੋਂ ਮੈਂ ਮਿਊਜ਼ਿਕ ਲਾਈਨ 'ਚ ਪੈ ਗਿਆ ਲਗਭਗ 90 ਤਾਂ ਨੇੜੇ ਤੇੜੇ ਦੀ ਗੱਲ ਹੈ, ਜੀ ਜੀ, 88-90 ਹਾਂਜੀ, ਏਅਰਪੋਰਟ ਇਹਨਾਂ, ਉਦੋਂ ਮੇਰਾ ਤਖੱਲਸ ਸਨਮ ਜਿਹੜਾ ਰੱਖਿਆ ਗਿਆ ਮਿਊਜ਼ਿਕ ਲਾਈਨ 'ਚ, ਉਹਦੇ ਨਾਲ ਜਾਣਿਆ ਜਾਣ ਲੱਗਾ ਸਨਮ ਜੀ। ਜੀ 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 ਜੀ, ਇਹ ਤੁਸੀਂ ਆਪ ਹੀ ਤਖੱਲਸ ਰੱਖਿਆ ਜਾਂ ਫਿਰ ਮਿੱਤਰਾਂ ਨੇ ਕਿਹਾ ਕਿ ਹਾਂ ਹੁਣ ਸਨਮ ਜ਼ਰੂਰ ਰੱਖਣਾ ਚਾਹੀਦਾ ਨਾਮ, ਇਹਦੀ ਚੋਣ ਕਿਸ ਤਰ੍ਹਾਂ ਤੁਸੀਂ ਕੀਤੀ? ਬਸ ਉਹ ਦੋਸਤਾਂ ਨੇ ਕੁਛ, ਵੈਸੇ ਮੇਰੇ ਵੀ ਦਿਮਾਗ 'ਚ ਆਉਂਦਾ ਹੈ, ਜੀ ਜੀ, ਕਈ ਵਾਰੀ ਤਖੱਲਸ ਦਾ ਬੜਾ ਮਹਿਨਾ ਹੁੰਦਾ ਹੈ। ਤਖੱਲਸ ਸਨਮ ਮਤਲਬ ਇੱਕ ਉਰਦੂ ਦੇ ਲਫ਼ਜ਼ ਨੇ, ਸਨਮ, ਜੀ ਜੀ ਜੀ, ਸਨਮ ਮਤਲਬ ਦੋਸਤ, ਮਹਿਬੂਬ ਜਿਹਨੂੰ ਪਿਆਰਾ ਕਹਿ ਦਿੰਦੇ ਆ, ਜੀ ਜੀ, ਤੋ ਵਧੀਆ ਲੱਗਾ ਤੇ ਮੈਂ ਮੇਰਾ ਆਪਣਾ ਤਖੱਲਸ, ਮੈਂ ਕਿਹਾ ਵੀ ਸਨਮ ਠੀਕ ਹੈ, ਕੁਛ ਮੇਰੇ ਦੋਸਤਾਂ ਨੇ, ਕੁਛ ਉਸਤਾਦ ਲੋਕਾਂ ਨੇ ਵੀ ਆਸ਼ੀਰਵਾਦ ਦਿੱਤਾ ਕਿ ਤੇਰਾ ਨਾਮ ਗੁੱਡ ਲੱਗਿਆ। ਤੇ ਸਨਮ ਜੀ, ਜਦੋਂ ਇਹ ਗਾਇਕੀ ਦਾ ਜਿਹੜਾ ਸ਼ੌਂਕ ਆ, ਰੁਝਾਨ ਆ, ਹਾਂਜੀ, ਕਿਉਂਕਿ ਜਦੋਂ ਅਸੀਂ ਬਚਪਨ ਤੋਂ ਸਾਡਾ ਸਫ਼ਰ ਚੱਲਦਾ ਹਰ ਇਨਸਾਨ ਦੀ ਜ਼ਿੰਦਗੀ 'ਚ, ਹਾਂਜੀ ਹਾਂਜੀ, ਤੇ ਅੱਗੇ ਆਪਾਂ ਜੀਵਨ 'ਚ ਵੱਧਦੇ ਹਾਂ, ਹਾਂਜੀ, ਤੇ ਕਿਸੇ ਮੋੜ ਤੇ ਜਾ ਕੇ ਪਤਾ ਲੱਗਦਾ ਕਿ ਹਾਂ ਮੈਂ ਜੀਵਨ ਦੇ ਵਿੱਚ ਇਹ ਕੰਮ ਕਰਨਾ, ਹਾਂਜੀ, ਇਹਦੇ ਲਈ ਹੀ ਮੈਂ ਬਣਿਆ ਹਾਂ, ਤੇ ਇਹ ਮੇਰਾ ਪਹਿਲਾ ਸ਼ੌਂਕ ਹੋਣਾ ਚਾਹੀਦਾ, ਤੇ ਇਹੀ ਆਪਾਂ ਅੱਗੇ ਜ਼ਿੰਦਗੀ 'ਚ ਅੱਗੇ ਤੁਰਾਂਗੇ ਲੈ ਕੇ ਸਾਰਾ ਝੰਡਾ। ਤੋ ਇਹ ਕਿਵੇਂ ਤੁਹਾਡੇ ਮਨ 'ਚ ਗੱਲ ਆਈ, ਕਿਵੇਂ ਤੁਹਾਨੂੰ ਪਤਾ ਲੱਗਾ? ਐਕਚੁਅਲੀ ਮੈਂ ਪੜ੍ਹਦਾ ਸੀ ਜਦੋਂ 8ਵੀਂ 9ਵੀਂ ਕਲਾਸ ਦੇ ਵਿੱਚ, ਜੀ, ਤੋ ਸ਼ੌਕ ਮੈਨੂੰ ਉਦੋਂ ਮਤਲਬ ਥੋੜ੍ਹਾ ਜਿਹਾ ਮਿਊਜ਼ਿਕ ਨਾਲ ਮੇਰੀ ਲਗਨ ਹੋ ਗਈ ਸੀ, ਜੀ, ਮੈਂ ਮੁਹੰਮਦ ਰਫੀ ਸਾਹਿਬ ਨੂੰ ਸੁਣਦਾ ਸੀ, ਲਤਾ ਜੀ ਨੂੰ ਸੁਣਦਾ ਸੀ, ਫਿਰ ਮੈਂ ਗੁਰਦਾਸ ਮਾਨ ਸਾਹਿਬ, ਬਹੁਤ ਸਤਿਕਾਰਯੋਗ ਨੇ ਸਾਡੇ, ਜੀ ਜੀ ਜੀ, ਉਹਨਾਂ ਦੇ ਗੀਤ ਸੁਣਦੇ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੇ, ਅਤੇ ਮੈਨੂੰ ਬਹੁਤ ਜਿੱਦਾਂ ਉਹ ਖਿੱਚ ਜੀ ਪਈ ਮੇਰੇ ਮਨ ਨੂੰ, ਮੈਂ ਬਹੁਤ ਕਾਇਲ ਹਾਂ ਗੁਰਦਾਸ ਮਾਨ ਸਾਹਿਬ ਦਾ, ਸਾਰਾ ਹਿੰਦੁਸਤਾਨ, ਸਾਰੇ ਪੰਜਾਬੀ ਉਹਨਾਂ ਨੂੰ ਪਿਆਰ ਕਰਦੇ ਨੇ, ਮੈਂ ਵੀ ਉਹਨਾਂ ਦਾ ਬਹੁਤ ਜ਼ਿਆਦਾ ਮਰੀਦ ਹਾਂ, ਜੀ 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 ਜੀ, ਅਤੇ ਉਦੋਂ ਪੜ੍ਹਦੇ ਪੜ੍ਹਦੇ ਫਿਰ ਮੈਨੂੰ ਗੀਤ ਲਿਖਣ ਦਾ ਸ਼ੌਕ ਪੈ ਗਿਆ, ਫਿਰ ਨਾਲ ਨਾਲ ਮੈਨੂੰ ਗਾਉਣਾ, ਐਕਚੁਅਲੀ ਮੈਂ ਗਾਉਣਾ ਤਾਂ ਚਲੋ ਅਜੇ ਵੀ ਮਾਲਕ ਦੀ ਮਰਜ਼ੀ ਆ, ਸਾਰੀ ਜ਼ਿੰਦਗੀ ਬੰਦਾ ਸੰਘਰਸ਼ ਕਰਦਾ ਹੈ, ਜੀ ਜੀ ਜੀ, ਪਰ 94-95 ਤੋਂ ਜਿੱਦਾਂ ਮੈਂ ਇਸ ਪਾਸੇ ਵੱਲ ਥੋੜ੍ਹਾ ਜ਼ਿਆਦਾ ਸੀਰੀਅਸ ਹੋ ਗਿਆ, ਫਿਰ ਮੈਂ 90 ਤੋਂ ਗੀਤ ਵੀ ਲਿਖਦਾ ਰਿਹਾ, ਗਾਇਕੀ ਦੇ ਵਿੱਚ ਨਾਲ ਨਾਲ ਮੈਨੂੰ ਥੋੜ੍ਹਾ ਜਿਹਾ ਸ਼ੌਕ ਸੀਗਾ। ਕਿਸ ਤਰ੍ਹਾਂ ਦੇ ਗੀਤ ਤੁਸੀਂ ਲਿਖਦੇ ਹੋ? ਮੈਂ ਐਕਚੁਅਲੀ ਜ਼ਿਆਦਾ ਸਾਹਿਤਕ ਸੁਭਾਅ ਨਾਲ ਅਟੈਚ ਰਿਹਾ ਹਾਂ, ਜੀ, ਸਾਡੇ ਸਿਰਜਣਾ ਕੇਂਦਰ ਹੈਗੀ ਸੀ ਕਪੂਰਥਲੇ ਸ਼ਹਿਰ 'ਚ, ਜੀ ਜੀ ਜੀ, ਉੱਥੇ ਨਾ ਲੋਕਾਂ ਕੋਲ, ਸਾਹਿਤਕਾਰ ਲੋਕਾਂ ਕੋਲ, ਸਿਆਣੇ ਸੂਝਵਾਨ ਲੋਕਾਂ ਕੋਲ ਬੈਠਦੇ ਸੀ, ਜੀ ਜੀ ਜੀ, ਤੋ ਗੀਤ ਅਸਲ 'ਚ ਮੈਂ ਜਿਹੜੇ ਮਤਲਬ ਗੀਤ ਮੈਂ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਜੀ, ਕਿਸੇ ਨੂੰ ਤਕਲੀਫ ਨਾ ਦੇਣ ਗਾਣਾ, ਉਸ ਜਿਹਾ ਮੈਂ ਲਿਖਦਾ ਹੁੰਦਾ, ਜ਼ਿਆਦਾ ਮੈਂ ਮੁਹੱਬਤ ਨੂੰ ਰਿਲੇਟਡ ਗਾਣੇ ਲਿਖੇ ਨੇ, ਕਿਉਂਕਿ ਤੁਹਾਡਾ ਨਾਮ ਹੀ ਸਨਮ ਹੈ, ਗਾਣੇ ਮੇਰੇ ਪਿਆਰ ਭਰੇ ਗੀਤ, ਜਿਹੜਾ ਮੁਹੱਬਤ ਦਾ ਦਰਿਆ ਤੁਸੀਂ ਜਿਹੜੇ ਆ ਉਹ ਚਲਾ ਰਹੇ ਹੋ, ਹਾਂਜੀ ਹਾਂਜੀ, ਤੇ ਇਸ ਜਿਹੜੇ ਗੀਤਾਂ ਦੀ ਕੈਰੀ ਵਿੱਚੋਂ ਅੱਜ ਸਭ ਤੋਂ ਪਹਿਲਾਂ ਕਿਹੜਾ ਗੀਤ ਤੁਸੀਂ ਦੋਸਤਾਂ ਨਾਲ ਸਾਂਝਾ ਕਰਨਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਗੀਤ ਸ਼ੁਰੂ ਕਰਾਂਗਾ ਜਿਸ ਗੀਤ ਤੋਂ ਮੈਂ ਸਫ਼ਰ ਗਾਇਕੀ ਦਾ ਸ਼ੁਰੂ ਕੀਤਾ, ਵਾਹ, ਸਾਹਿਤ ਸਭਾਵਾਂ 'ਚ ਮੈਂ ਉਹ ਗੀਤ ਗਾਇਆ ਕਾਫ਼ੀ, ਤੋ ਸੀਨੀਅਰ ਸਾਹਿਤਕਾਰ ਲੋਕਾਂ ਨੇ ਵੀ ਮੈਨੂੰ ਚਲੋ ਦੁਆਵਾਂ ਦਿੱਤੀਆਂ, ਆਸ਼ੀਰਵਾਦ ਦਿੱਤਾ ਕਿ ਤੁਸੀਂ ਜੀ, ਉਹ ਗੀਤ ਦਾ ਮੈਂ ਬੋਲ ਤੁਹਾਡੇ ਨਾਲ ਸਾਂਝੇ ਕਰਾਂਗਾ, ਉਹ ਗੀਤ ਮੈਂ ਸਭ ਤੋਂ ਪਹਿਲਾਂ ਰਿਕਾਰਡ ਵੀ ਉਹੀ ਗੀਤ ਕਰਾਇਆ ਸੀਗਾ। ਇਰਸ਼ਾਦ ਜੀ, ਹਾਂਜੀ, ਅੱਖੀਆਂ ਤੱਕਦੀਆਂ ਰਾਵਾਂ ਸੱਜਣਾ ਆ ਜਾਵੇ, ਅੱਖੀਆਂ ਤੱਕਦੀਆਂ ਰਾਵਾਂ ਸੱਜਣਾ ਆ ਜਾਵੇ, ਦਿਲ ਪਰਦਾ ਏ ਹਾਂ ਸੱਜਣਾ ਆ ਜਾਵੇ,
ਹਾਏ ਦਿਲ ਪਰ ਦਾਏ ਹਾਂ ਸਜਣਾਇਆ ਜਾਵੇ, ਅੱਖੀਆਂ ਤੱਕਦੀਆਂ ਰਾਵਾਂ ਸਜਣਾਇਆ ਜਾਵੇ, ਦਿਲ ਪਰ ਦਾਏ ਹਾਂ ਸਜਣਾਇਆ ਜਾਵੇ, ਦਿਲ ਦੇ ਵਿੜੇ ਗਮਾਦਾ ਹੋਇਆ ਵਸਾਵੇ, ਚਿਹਰੇ ਉੱਤੇ ਰਹਿੰਦੀ ਸਦਾ ਨਿਰਾਸ਼ਾਵੇ, ਰੋਵਾਂ ਮਾਰ ਕੇ ਤਾਂ ਸਜਣਾਇਆ ਜਾਵੇ, ਅੱਖੀਆਂ ਤੱਕਦੀਆਂ ਰਾਵਾਂ ਸਜਣਾਇਆ ਜਾਵੇ। ਇਹ ਗੀਤ ਮੈਂ ਗਾਇਆ ਸੀਗਾ, ਕੁਲਜੀਤ ਭਾਜੀ ਹੈਗੇ ਨੇ ਸੰਗੀਤਕਾਰ ਜੀ, ਜੀ ਕੁਲਜੀਤ ਭਾਜੀ ਉਹਨਾਂ ਨੇ ਰਿਕਾਰਡ ਕੀਤਾ ਸੀ 96 ਵਿੱਚ, ਕਮਾਟੀ ਕੈਸਲ ਆਈ ਸੀ ਸਾਡੀ ਦੇ ਵਿੱਚ। ਕੁਲਜੀਤ ਭਾਜੀ ਨੇ ਮੈਨੂੰ ਕਾਫੀ ਹੌਸਲਾ ਦਿੱਤਾ, ਥੈਂਕਸ ਕੁਲਜੀਤ ਭਾਜੀ ਦਾ, ਬਹੁਤ ਸੰਗੀਤਕਾਰ ਨੇ ਬੜੇ ਅੱਛੇ। ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ, ਬਹੁਤ ਹੀ ਪਿਆਰਾ ਤੇ ਖੂਬਸੂਰਤ ਗੀਤ ਹੈ ਤੇ ਮਖਮਲੀ ਆਵਾਜ਼ ਤੁਸੀਂ ਗਾ ਰਹੇ ਸੀਗੇ, ਆਪਣਾ ਦਿਲ ਕਰਦਾ ਸੀ ਕਿ ਗਾਈ ਜਾਓ ਤੇ ਆਪਾਂ ਸੁਣੀ ਜਾਈਏ, ਇਹ ਰੱਬ ਦੀ ਬਖਸ਼ਿਸ਼ ਹੈ। ਧੰਨਵਾਦ ਤੁਹਾਡਾ, ਬਸ ਸਰੋਤਿਆਂ ਦਾ, ਦਰਸ਼ਕਾਂ ਦਾ ਪਿਆਰ ਹੀ ਹੈ ਸਾਰਾ ਕੁਛ ਬਸ। ਤੇ ਰਜਿੰਦਰ ਸਨਮ ਜੀ, ਤੁਸੀਂ ਆਪਣੇ ਪਿੰਡ ਬਾਰੇ ਤੇ ਆਪਣੇ ਸ਼ਹਿਰ ਗ੍ਰਾਮ ਬਾਰੇ ਮਿੱਤਰਾਂ ਨਾਲ ਕੁਝ ਜਾਣਕਾਰੀ ਸਾਂਝੀ ਕਰੋ, ਕਿਉਂਕਿ ਜਾਣਨਾ ਚਾਹੁੰਗੇ ਜ਼ਰੂਰ। ਹਾਂਜੀ, ਮੈਂ ਕਪੂਰਥਲੇ ਸ਼ਹਿਰ ਨਾਲ ਸੰਬੰਧ ਰਿਹਾ, ਮੇਰਾ ਪਿੰਡ ਹੈ ਕਪੂਰਥਲੇ ਸ਼ਹਿਰ ਦੇ ਨੇੜੇ ਜੀ, ਕੋਟ ਕਲਾਰਕ ਹਾਂ, ਉਸ ਪਿੰਡ ਦਾ ਮੈਂ ਰਹਿਣ ਵਾਲਾ ਜੀ, ਤੇ ਜ਼ਿਲ੍ਹਾ ਕਪੂਰਥਲਾ ਮੇਰਾ ਜੀ ਜੀ। ਹਾਂਜੀ, ਤੋ ਜ਼ਿਲ੍ਹਾ ਕਪੂਰਥਲਾ ਜਿਹੜਾ ਇੱਕ ਰਿਆਸਤੀ ਸ਼ਹਿਰ ਹੈ ਤੇ ਉੱਥੋਂ ਉਸ ਰਿਆਸਤ ਨੂੰ ਕਹਿ ਲਈਏ ਬਹੁਤ ਹੀ ਵਧੀਆ ਸ਼ਾਨਾ ਮੱਤੇ ਫਨਕਾਰ ਤੇ ਬਹੁਤ ਹੀ ਖੂਬਸੂਰਤ ਲੋਕ ਜਿਹੜੇ ਆ ਦਿਨਾਂ ਵਾਲੇ ਉੱਥੇ ਰਹਿੰਦੇ ਨੇ ਤੇ ਵਾਕਈ ਦਿਲ ਹੈ ਪੰਜਾਬ ਦਾ। ਹਾਂਜੀ, ਤੇ ਤੁਸੀਂ ਜਿਹੜੀ ਆ ਸੰਗੀਤ ਦੀ ਸਿੱਖਿਆ ਕਿੱਥੋਂ ਤੁਸੀਂ ਪ੍ਰਾਪਤ ਕੀਤੀ? ਸੰਗੀਤ ਦੀ ਸਿੱਖਿਆ ਐਕਚੁਲੀ ਮੈਂ ਕਾਫੀ ਸਮਾਂ ਪੰਜਾਬ ਦੇ ਗਾਇਕਾਂ ਨਾਲ ਰਿਹਾ, ਕਾਫੀ ਗਾਇਕਾਂ ਨਾਲ ਮੇਰੇ ਬਹੁਤ ਪਰਿਵਾਰਕ ਸੰਬੰਧ ਹੈ ਜੀ, ਤੇ ਬਹੁਤ ਮੈਂ ਸਤਿਕਾਰ ਕਰਦਾ ਸਾਰੇ ਕਲਾਕਾਰਾਂ ਦਾ, ਬਹੁਤ ਸਤਿਕਾਰ ਕਰਦਾ, ਮੇਰੇ ਅੱਛੇ ਅੱਛੇ ਦੋਸਤ ਨੇ ਬਹੁਤ ਜੀ, ਕਾਫੀ ਨਾਂ ਲੈਣ ਲੱਗੇ ਤੇ ਕਾਫੀ ਫਿਰ ਗਿਣਤੀ ਵੱਧ ਜਾਏਗੀ ਜੀ ਜੀ ਜੀ। ਮੋਸਟਲੀ ਜਿੰਨੇ ਇੰਡਸਟਰੀ ਦੇ ਹੈਗੇ ਨੇ ਗਾਇਕ ਸਾਰੇ ਮੇਰੇ ਬੜੇ ਸਤਿਕਾਰਯੋਗ ਨੇ, ਸੰਗਤ ਸਿਆਣੇ ਕਹਿੰਦੇ ਸੰਗਤ ਸੇ ਗੁਣ ਆਏ ਸੰਗਤ ਸੇ ਗੁਣ ਜਾਏ, ਉਹਨਾਂ ਲੋਕਾਂ ਦੀ ਸੰਗਤ ਕੀਤੀ ਮੈਂ ਅੱਛੇ ਅੱਛੇ ਲੋਕਾਂ ਦੀ, ਉਹ ਚੋਂ ਮੈਨੂੰ ਕਾਫੀ ਕੁਛ ਮਿਲਿਆ ਜੀ ਜੀ, ਤੇ ਕਾਫੀ ਕੁਛ ਸਿੱਖਣ ਨੂੰ ਮਿਲਿਆ। ਹੌਲੀ ਹੌਲੀ ਤੁਹਾਨੂੰ ਪਤਾ ਕਿ ਆਦਮੀ ਫਿਰ ਤਜਰਬਾ ਜਿਹੜਾ ਆ ਸਟਰਗਲ ਕਰਕੇ ਧੱਕੇ ਖਾ ਕੇ ਬੰਦੇ ਨੂੰ ਤਜਰਬਾ ਆਉਂਦਾ ਹੈ। ਬਿਲਕੁਲ ਬਿਲਕੁਲ, ਤਜਰਬਾ ਇਸੇ ਤਰ੍ਹਾਂ ਹੀ ਮਿਲਦਾ ਆ। ਬਿਲਕੁਲ, ਅਜੇ ਵੀ ਮੈਂ ਸਿੱਖ ਰਿਹਾ, ਮੈਂ ਕੋਈ ਇਹ ਨਹੀਂ ਕਿ ਮੈਂ ਕਹਿ ਰਿਹਾ ਕਿ ਮੈਂ ਕੋਈ ਬਹੁਤ ਵੱਡਾ ਕਲਾਕਾਰ ਹਾਂ ਜਾਂ ਕੋਈ ਗੁਰੂਆਈ ਹਾਂ, ਮੈਂ ਤਾਂ ਕੋਸ਼ਿਸ਼ ਕਰ ਰਿਹਾ ਜੇ ਵੀ ਕੁਛ ਸਿੱਖਣ ਦੀ, ਕਿਉਂਕਿ ਦੁਨੀਆਂ ਬੜੀ ਵਿਸ਼ਾਲ ਹੈ, ਬਹੁਤ ਵੱਡੀ ਹੈ ਦੁਨੀਆਂ ਜੀ ਜੀ ਜੀ, ਇਸ ਚੀਜ਼ ਦੀ ਕੋਈ ਸੀਮਾ ਨਹੀਂ, ਕੋਈ ਹੱਦ ਨਹੀਂ ਜੀ ਜੀ ਜੀ, ਤਾਂ ਮੈਂ ਤਾਂ ਸਿੱਖ ਰਿਹਾ ਵੈਸੇ। ਬਿਲਕੁਲ ਬਿਲਕੁਲ, ਤੇ ਇਸ ਸੰਗੀਤ ਦਾ ਜਿਹੜਾ ਸਾਗਰ ਹੈ ਇਹਦੇ ਵਿੱਚ ਵਾਕਈ ਬਹੁਤ ਜ਼ਿਆਦਾ ਇੱਕ ਕਹਿ ਲਓ ਸਾਧਨਾ ਹੈ ਹਾਂਜੀ, ਲਗਾਤਾਰ ਮਨੁੱਖ ਨੂੰ ਜਿਹੜੀ ਹੈ ਸ਼ਿੱਦਤ ਦੇ ਨਾਲ ਤਨੋ ਮਨੋ ਜੁੜ ਕੇ ਵਿੱਚ ਘਾਲਣਾ ਘਾਲਣੀ ਪੈਂਦੀ ਹੈ। ਔਰ ਤੁਸੀਂ ਇੱਕ ਲੰਬੇ ਸਮੇਂ ਤੋਂ ਇਸ ਫੀਲਡ ਜੁੜੇ ਹੋਏ ਹੋ, ਸਾਹਿਤਕ ਲਿਖ ਵੀ ਰਹੇ ਹੋ ਤੇ ਗਾ ਵੀ ਰਹੇ ਹੋ, ਇੱਕ ਹੋਰ ਗੀਤ ਆਪਾਂ ਜ਼ਰੂਰ ਸੁਣਨਾ ਚਾਹਾਂਗੇ ਜਿਹੜਾ ਤੁਹਾਡੇ ਦਿਲ ਦੇ ਬੜੇ ਨੇੜੇ ਹੋਵੇ। ਹਾਂਜੀ, ਚਲੋ ਮੈਂ ਇੱਕ ਸਾਂਝੀ ਗੱਲ ਕਰ ਰਿਹਾ ਜੀ, ਇੱਕ ਮੈਸੇਜ ਕਹਿ ਲਓ ਜਾਂ ਮੁਹੱਬਤ ਦਾ ਪੈਗਾਮ ਕਹਿ ਲਓ ਜਾਂ ਸਨਮ ਕੋਲੋਂ ਸਾਨੂੰ ਮੁਹੱਬਤ ਦੀ ਉਮੀਦ ਹੈ। ਥੈਂਕ ਯੂ, ਸ਼ੁਕਰੀਆ ਜੀ, ਮਿਹਰਬਾਨੀ ਜੀ ਜੀ। ਇਹ ਗੀਤ ਹੈ ਧਾਰਮਿਕ, ਮੇਰੇ ਦੋਸਤ ਨੇ ਬਹੁਤ ਅੱਛੇ ਗੀਤਕਾਰ ਪਾਲ ਫੇਰੇਵਾਲ ਜੀ, ਉਹਨਾਂ ਦਾ ਲਿਖਿਆ ਗੀਤ ਹੈ, ਮੈਨੂੰ ਬਹੁਤ ਵਧੀਆ ਲੱਗਦਾ, ਉਹ ਮੈਂ ਤੁਹਾਡੇ ਲੋਕ ਨੂੰ ਕਰਨਾ ਚਾਹੁੰਦਾ ਜੀ। ਅੱਛਾ, ਉਹ ਸੀ ਹਾਂਜੀ, ਲਾਲਾ ਕਹਿ ਲਓ ਚਾਹੇ ਕਹੋ ਰਾਮ ਰਾਮ, ਵਾਹਿਗੁਰੂ ਈਸ਼ਵਰ ਗੌਰ ਗਣ ਛਾਂ, ਲਾਲਾ ਕਹਿ ਲਓ ਚਾਹੇ ਕਹੋ ਰਾਮ ਰਾਮ, ਵਾਹਿਗੁਰੂ ਈਸ਼ਵਰ ਗੌਰ ਗਣ ਛਾਂ, ਹੈ ਸਭ ਦਾ ਇੱਕ ਫਰਮਾਨ ਦਿਲਾਂ ਦੀ ਕਦਰ ਕਰੋ, ਹਰ ਦਿਲ ਦੇ ਵਿੱਚ ਭਗਵਾਨ ਦਿਲਾਂ ਦੀ ਕਦਰ ਕਰੋ, ਦਿਲਾਂ ਦੀ ਕਦਰ ਕਰੋ, ਅੱਲਾ ਅੱਲਾ ਕਹਿ ਲਓ ਚਾਹੇ ਕਹੋ ਰਾਮ ਰਾਮ, ਖੁਦੀ ਹੰਕਾਰ ਨੂੰ ਕੱਢ ਕੇ ਮਨ ਚੋਂ ਸੱਚਾ ਪਿਆਰ ਵਸਾ ਲੈ,
ਫਿਰ ਲੱਭਣ ਦੀ ਲੋੜ ਨੀ ਤੈਨੂੰ ਬੰਦੇ ਚੋਂ ਰੱਬ ਪਾਲੇ ਖੁਦੀ ਹੰਕਾਰ ਨੂੰ ਕੱਢ ਕੇ ਮਨ ਚੋਂ ਸੱਚਾ ਪਿਆਰ ਵਸਾ ਲੈ ਫਿਰ ਲੱਭਣ ਦੀ ਲੋੜ ਨੀ ਤੈਨੂੰ ਬੰਦੇ ਚੋਂ ਰੱਬ ਪਾਲੇ ਉਹ ਸੋਚ ਵਿਚਾਰਿਆ ਤੂੰ ਭੁੱਲਣ ਹਾਰਿਆ ਹੈ ਇਸੇ ਵਿੱਚ ਤੇਰੀ ਸ਼ਾਨ ਦਿਲਾਂ ਦੀ ਕਦਰ ਕਰੋ ਹਰ ਦਿਲ ਦੇ ਵਿੱਚ ਭਗਵਾਨ ਦਿਲਾਂ ਦੀ ਕਦਰ ਕਰੋ ਹਾਂਜੀ ਵਾਹ ਜੀ ਵਾਹ ਵਾਕਈ ਦਿਲਾਂ ਦੇ ਵਿੱਚ ਜਿਹੜਾ ਰੱਬ ਵਸਦਾ ਮਨ ਦੇ ਵਿੱਚ ਰੱਬ ਦੀ ਆਤਮਾ ਹੈ ਤੇ ਉਹ ਉਹਦੀ ਇੱਕ ਖੂਬਸੂਰਤੀ ਵਾਲਾ ਅਹਿਸਾਸ ਹੈ ਫਿਰ ਪਤਾ ਨੀ ਕਿਉਂ ਇਹਦੇ ਵਿੱਚ ਦੂਸਰੀ ਜਿਹੜੀਆਂ ਚੀਜ਼ਾਂ ਨੇ ਨਫ਼ਰਤ ਹੈ ਹੋਰ ਇਹੋ ਜਿਹੀਆਂ ਚੀਜ਼ਾਂ ਦਿਲ ਦੇ ਵਿੱਚ ਲੋਕ ਕਿਉਂ ਜਗ੍ਹਾ ਦਿੰਦੇ ਨੇ ਇਸੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਤੋ ਮਨ ਦਾ ਵਿਹੜਾ ਇਹਦੇ ਵਿੱਚ ਮੁਹੱਬਤ ਦੇ ਜਿਹੜੇ ਆ ਖੁਸ਼ਬੂ ਦੇਣ ਵਾਲੇ ਫੁੱਲ ਹੀ ਕਹਿਣੇ ਚਾਹੀਦੇ ਨੇ ਬਿਲਕੁਲ ਤੇ ਬਾਕੀ ਤੇ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਬਾਕੀ ਸਾਨੂੰ ਚੇਤਨ ਹੋ ਕੇ ਉਹਨਾਂ ਤੋਂ ਤਾਜਾ ਬਚਣ ਦੀ ਲੋੜ ਹੈ ਸੱਥਾਂ ਦੇ ਵਿੱਚ ਰਲ ਕੇ ਜਿਹੜੇ ਇਕੱਠੇ ਬਹਿੰਦੇ ਸੀ ਉਹਦੇ ਬੋਲਿਆ ਕੁਛ ਸਾਥੀ ਨਹੀਂ ਉਹ ਲੱਭਦੇ ਜੋ ਸਾਹਾਂ ਨਾਲ ਜਿਉਂਦੇ ਸੀ ਹੁਣ ਤਾਂ ਛੋਟੇ ਵੱਡਿਆਂ ਦਾ ਕਰਦੇ ਸਤਿਕਾਰ ਨਹੀਂ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਪਹਿਲਾਂ ਵਰਗਾ ਪਿਆਰ ਨਹੀਂ ਇਹ ਮੇਰਾ ਇੱਕ ਗੀਤ ਹੈ ਮਤਲਬ ਮੈਂ ਆਈ ਥਿੰਕ ਮੈਂ ਸੋਚ ਇੱਦਾਂ ਦੀ ਰੱਖਦਾ ਕੁਛ ਜੇ ਗੱਲ ਇੱਦਾਂ ਦਾ ਮੈਸੇਜ ਹੋਣਾ ਚਾਹੀਦਾ ਜਾਂ ਫਿਰ ਮੈਂ ਬਹੁਤ ਰੋਮਾਂਟਿਕ ਲਿਖਦਾ ਜਾਂ ਫਿਰ ਇੱਦਾਂ ਦੀ ਕੋਈ ਗੱਲ ਹੋਵੇ ਖੜਕੇ ਤੜਕੇ ਵਾਲੇ ਗਾਣੇ ਮੈਨੂੰ ਕਹਿੰਦੇ ਨੇ ਮੋਸਟਲੀ ਦੋਸਤ ਵੀ ਪਰ ਮੈਨੂੰ ਪਤਾ ਨਹੀਂ ਮੇਰੇ ਤੋਂ ਹੁੰਦਾ ਨਹੀਂ ਇਸ ਤਰ੍ਹਾਂ ਦਾ ਕੁਛ ਬਿਲਕੁਲ ਬਿਲਕੁਲ ਜੀ ਤੇ ਦੇਖੋ ਜੀ ਇਹ ਖੜਕੇ ਤੜਕੇ ਵਾਲੇ ਜਿਹੜੇ ਆ ਬਹੁਤ ਹੀ ਥੋੜੇ ਸਮੇਂ ਲਈ ਚੱਲਦੇ ਆ ਅੱਜ ਆਏ ਗੱਲ ਹੈ ਨੀ ਲੇਕਿਨ ਜਿਹੜੇ ਇਸ ਤਰ੍ਹਾਂ ਦੇ ਦਿਲਾਂ ਦੇ ਵਿੱਚ ਜਿਹੜੇ ਘਰ ਘਰ ਪਾ ਕੇ ਬਹਿ ਜਾਂਦੇ ਆ ਕੁਝ ਬੋਲ ਕੁਝ ਸ਼ਬਦ ਉਹ ਜਿਹੜੇ ਆ ਅਮਰ ਹੋ ਜਾਂਦੇ ਆ ਉਹ ਲਿਖਣ ਵਾਲੇ ਨੂੰ ਵੀ ਅਮਰ ਕਰ ਦਿੰਦੇ ਨੇ ਤੇ ਉਹ ਸਦੀਆਂ ਤੱਕ ਸੁਣੇ ਜਾਂਦੇ ਆ ਗੂੰਜਦੇ ਆ ਹਵਾਵਾਂ ਚ ਹੁਣ ਤੁਸੀਂ ਦੇਖੋ ਫਰੀਦ ਜੀ ਦੇ ਜਿਹੜੇ ਬੋਲ ਨੇ ਅੱਜ ਵੀ ਉਸੇ ਤਰ੍ਹਾਂ ਤਰੋ ਤਾਜ਼ਾ ਫਜਾਵਾਂ ਚ ਗੂੰਜ ਰਹੇ ਨੇ ਉਸੇ ਤਰ੍ਹਾਂ ਹੀ ਤਰੋ ਤਾਜ਼ਾ ਕਰਦੇ ਆ ਸਾਨੂੰ ਬਿਲਕੁਲ ਜੀ ਬਿਲਕੁਲ ਤੇ ਇਹ ਸ਼ਬਦਾਂ ਦੀ ਸ਼ਿੱਦਤ ਹੀ ਹੈ ਹਾਂਜੀ ਹਾਂਜੀ ਤੋ ਸਨਮ ਜੀ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਕਦਮ ਧਰ ਲਿਆ ਤੁਹਾਨੂੰ ਪੜ੍ਹਦੇ ਪੜ੍ਹਦੇ ਹੀ ਇਹ ਅਹਿਸਾਸ ਹੋ ਗਿਆ ਸੀਗਾ ਕਿ ਜਿਹੜੀ ਆ ਗਾਉਣ ਵਾਲੀ ਜਿਹੜੀ ਕਲਾਕਾਰੀ ਹੈ ਇਹਦੇ ਵਿੱਚ ਮੈਂ ਜਾਣਾ ਹੈ ਇਹ ਮੇਰਾ ਇੱਕ ਸਟੇਜ ਹੈ ਇਹਦੇ ਉੱਤੇ ਆਪਾਂ ਕੰਮ ਕਰਨਾ ਫਿਰ ਅੱਗੇ ਤੁਸੀਂ ਟ੍ਰੇਨਿੰਗ ਵੀ ਲੈ ਲਈ ਵੱਖ ਵੱਖ ਉਸਤਾਦਾਂ ਕੋਲੋਂ ਤੇ ਆਪਣੇ ਜੋ ਪੰਜਾਬ ਦੇ ਜਿਵੇਂ ਤੁਸੀਂ ਦੱਸਿਆ ਪ੍ਰਸਿੱਧ ਜਿਹੜੇ ਫਨਕਾਰ ਨੇ ਉਹਨਾਂ ਦੀ ਸੰਗਤ 'ਚ ਤੁਸੀਂ ਰਹੇ ਹੋ ਤੇ ਉਹਨਾਂ ਦੇ ਨਾਲ ਪਰਿਵਾਰਕ ਜਿਹੜੀਆਂ ਸਾਂਝਾਂ ਨੇ ਤਜਰਬਾ ਆਪਣਾ ਸਾਂਝਾ ਕਰੋ ਕਿ ਕਿਵੇਂ ਤੁਹਾਡਾ ਕਿਵੇਂ ਰਿਹਾ ਪ੍ਰੋਜੈਕਟ ਇਸ ਤਰ੍ਹਾਂ ਦਾ ਕੈਸਟਾਂ ਦੇ ਯੁੱਗ ਵਿੱਚ ਵੀ ਕੈਸਟਾਂ ਮੈਂ ਬਹੁਤ ਕੀਤੀਆਂ 1994 ਚ ਮੈਂ ਕੈਸਟ ਕੀਤੀ ਸੀ ਆਪਣੇ ਸੀਨੀਅਰ ਆਰਟਿਸਟ ਨੇ ਸਾਬਰ ਕੋਟੀ ਸਾਹਿਬ ਮਾਸਟਰ ਸਲੀਮ ਬਹੁਤ ਮੇਰਾ ਪਿਆਰਾ ਵੀਰ ਆ ਜੀ ਤੇ ਆਪਣੇ ਨਾਲ ਸੀ ਇੱਕ ਤੋਂ ਸੁਖਦੇਵ ਸਾਹਿਲ ਮੇਰਾ ਦੋਸਤ ਆ ਉਦੋਂ ਮੈਂ ਇੱਕ ਕੈਸਟ ਕੀਤੀ ਸੀਗੀ ਜੀ ਕੈਸਟਾਂ ਦਾ ਜਿੱਦਾਂ ਉਦੋਂ ਯੁੱਗ ਸੀਗਾ ਉਦੋਂ 8-10 ਗੀਤ ਹੁੰਦੇ ਸੀ ਕੈਸਟ ਵਿੱਚ ਸਿਲੈਕਸ਼ਨ ਕਰਨੀ ਪੈਂਦੀ ਸੀ ਲੋਕਾਂ ਦੀ ਸੋਚ ਨੂੰ ਮੁੱਖ ਰੱਖਣਾ ਪੈਂਦਾ ਵੀ 8 ਗੀਤ ਚੋਂ 8 ਚ ਕੋਈ ਨਾ ਕੋਈ ਤੇ ਲੋਕੀ ਪਸੰਦ ਕਰਨਗੇ ਜਾਂ ਕੋਈ ਵੀ ਆਰਟਿਸਟ ਜਦੋਂ ਕਰਦੇ ਸੀ 8 ਗੀਤ ਕਰਦੇ ਜੀ 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 ਹੁਣ ਕਾਫੀ ਕੁਛ ਬਦਲ ਗਿਆ ਸਮੇਂ ਦੇ ਨਾਲ ਨਾਲ ਕਹਿੰਦੇ ਨੇ ਹੁਣ ਲੋਕੀ ਇੱਕ ਜਿਹੜਾ ਗੀਤ ਹੈ ਉੱਤੇ ਸਾਰਾ ਡਿਸੀਜਨ ਲੈ ਲੈਂਦੇ ਵੀ ਇੱਕ ਗੀਤ ਕਿੱਦਾਂ ਦਾ ਆ ਉੱਤੇ ਮਤਲਬ ਉੱਤੇ ਹੁਣ ਸਾਰੇ ਕਲਾਕਾਰ ਵੀ ਉੱਤੇ ਫੋਕਸ ਰੱਖਦੇ ਆ ਕਿਉਂਕਿ ਇੱਕ ਟਰੈਕ ਜਿੱਦਾਂ 8 ਗੀਤਾਂ ਦਾ ਪੂਰਾ ਟਰੈਕ ਕਰਨ ਨਾਲੋਂ ਇੱਕ ਗੀਤ ਨੂੰ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਉੱਤੇ ਸਾਰਾ ਡਿਸੀਜਨ ਰਿਜ਼ਲਟ ਮਿਲ ਜਾਂਦਾ ਸਰੋਤਿਆਂ ਦਾ ਜਾਂ ਦਰਸ਼ਕਾਂ ਦਾ ਜੋ ਵੀ ਹੈਗਾ ਬਿਲਕੁਲ ਉਹ ਪ੍ਰਵਾਨ ਕਰਦੇ ਜਾਂ ਕਿਵੇਂ ਉਹਨਾਂ ਦੀ ਮਰਜ਼ੀ ਹੈ ਨਾ ਬਿਲਕੁਲ 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 ਜੀ ਇਹ ਗੱਲ ਠੀਕ ਹੈ ਕਿ ਉਹ 8 ਵਾਲੀ ਜਿਹੜੀ ਭਾਵਨਾ ਹੈ ਉਹ ਇੱਕ ਦੇ ਵਿੱਚ ਹੀ ਹੁਣ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਾਂ ਪਾ ਲਈਏ ਚਲੋ 8 ਕਿਉਂਕਿ ਉਹ ਵੱਖਰੇ ਵੱਖਰੇ ਰੰਗ ਉਹ ਪਾਏ ਜਾਂਦੇ ਸੀ ਇੱਕ ਸੈਡ ਹੋਣਾ ਚਾਹੀਦਾ ਜੀ ਇੱਕ ਬੀਟ ਸੌਂਗ ਹੋਣਾ ਚਾਹੀਦਾ ਕੋਈ ਇਹੋ ਜਿਹਾ ਹੋਵੇ ਤੋ ਅਲੱਗ ਅਲੱਗ ਗੁਲਦਸਤਾ ਜਿਹਾ ਬਣ ਜਾਂਦਾ ਸੀ ਬਿਲਕੁਲ ਤੇ ਪਹਿਲਾ ਗੁਲਦਸਤਾ ਤੁਸੀਂ ਕਦੋਂ ਪੇਸ਼ ਕੀਤਾ ਦੱਸਿਆ ਸੀ ਹੁਣ
ਮੈਂ ਸ਼ਾਇਦ 94 ਦੇ ਵਿੱਚ ਕੀਤਾ ਜੀ, ਸਾਬਰ ਕੋਟੀ ਦਾ ਸੌਂਗ ਸੀ, ਉਹ 'ਚ ਮਾਸਟਰ ਸਲੀਮ ਦਾ ਸੀ, ਸੁਖਦੇਵ ਸਾਹਿਬ ਸੀ, ਉਹਨਾਂ ਦਿਨਾਂ 'ਚ ਉਹ ਤਾਂ ਮੇਰੇ ਗੀਤ ਲਿਖਿਆ ਸੀਗਾ ਜੀ ਉਹਦੇ ਵਿੱਚ ਕੁਛ। ਜੀ 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 ਹਾਂਜੀ, ਕੋਈ ਉਹਦੇ ਵਿੱਚੋਂ ਗੀਤ ਯਾਦ ਆ ਰਿਹਾ ਹੋਵੇ ਤੁਹਾਨੂੰ? ਨਹੀਂ, ਉਹ ਐਕਚੁਅਲੀ ਉਹਦਾ ਮੈਂ ਗੀਤ ਲਿਖਦਾ ਹੁੰਦਾ ਸੀਗਾ ਜੀ, ਸਾਬਰ ਜੀ ਨੇ ਗੀਤ ਗਾਏ ਸੀ ਮੇਰੇ, ਉਦੋਂ ਸਲੀਮ ਨੇ ਗਾਏ ਸੀਗੇ। ਜੀ ਜੀ, ਕਿਹੜੇ ਗੀਤ ਸੀਗੇ ਉਹਨਾਂ ਦੇ? ਸਾਬਰ ਜੀ ਨੇ ਗਾਏ ਸੀ ਮੇਰੇ ਗੀਤ, ਜਿਹੜੀ ਸਾਡੇ ਨਾਲ ਹੋਈ ਕਿਤੇ ਤੇਰੇ ਨਾਲ ਹੋਵੇ, ਜਿਵੇਂ ਮੇਰਾ ਦਿਲ ਰੋਇਆ ਤਿਵੇਂ ਤੇਰਾ ਦਿਲ ਰੋਵੇ। ਸਲੀਮ ਭਾਜੀ ਨੇ ਵੀ ਗਾਏ ਸੀ, ਤਿੱਖੇ ਨੈਣਾ ਵਾਲੀ ਏਦਾਂ ਕਰੇ ਕੁਛ ਗੀਤ ਸੀ ਮੇਰਾ। ਜੀ 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 ਜੀ, ਵਾਹ ਵਾਹ। ਤੋ ਗੀਤਕਾਰੀ ਤੁਸੀਂ ਸ਼ੁਰੂ ਕੀਤੀ ਤੇ ਫਿਰ ਗਾਇਕੀ ਵਿੱਚ ਆਪ ਪ੍ਰਵੇਸ਼ ਕੀਤਾ, ਜਾਂ ਪਹਿਲਾਂ ਤੁਸੀਂ ਗਾਇਕ ਬਣੇ ਫਿਰ ਗੀਤਕਾਰ ਬਣੇ, ਇਹ ਕਿੱਦਾਂ ਚੱਲਿਆ ਸਿਲਸਿਲਾ? ਮੈਂ ਜੀ ਗੀਤ ਲਿਖੇ ਨੇ ਸ਼ੁਰੂ ਤੋਂ, ਐਵੇਂ ਕਹਾਂ ਗੀਤ ਲਿਖਦਾ ਰਿਹਾ ਮੈਂ। ਜੀ 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 ਜੀ। ਤੋ ਫਿਰ ਗੀਤ ਲਿਖਣ ਦਾ ਨਾਲ ਨਾਲ ਕੁਛ ਦੋਸਤਾਂ ਨੇ ਸਮਝਾਇਆ ਵੀ ਗੀਤਕਾਰੀ ਜਿਹੜੀ ਇਹਦੇ ਵਿੱਚ ਜਿੱਦਾਂ ਫਾਈਨੈਂਸ਼ਲੀ ਬੰਦਾ ਸਟਰੋਂਗ ਨਹੀਂ ਬਹੁਤਾ ਹੋ ਸਕਦਾ। ਜੀ ਜੀ, ਗੀਤਕਾਰ ਬੰਦਾ ਨੂੰ ਫਾਈਨੈਂਸ਼ਲੀ ਬਹੁਤਾ ਕੋਈ ਦੇ ਵਿੱਚ ਨਾ ਬੈਨੀਫਿਟ ਦਾ ਲਾਭ ਨਹੀਂ ਹੁੰਦਾ। ਫਿਰ ਮੈਂ 94 ਤੋਂ ਹੌਲੀ ਹੌਲੀ ਮਾੜਾ ਮੋਟਾ ਜਿੱਦਾਂ ਕੀਤਾ ਇਸ ਪਾਸੇ, 95 ਤੋਂ ਜੀ ਗਾਇਕੀ ਵਾਲੇ ਪਾਸੇ, 95-96 ਤੋਂ। ਜੀ ਜੀ ਜੀ। ਤੇ 94 ਚ ਤਾਂ ਮੈਂ ਕੈਸਲ ਕੀਤੀ ਸੀ ਜਿੱਦਾਂ ਤੁਹਾਨੂੰ ਦੱਸਿਆ ਅਹਿਮਦ ਸਾਹਿਬ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਰੇ ਸਿੰਗਰਾਂ ਨੇ ਵੀ ਮੈਨੂੰ ਹੌਸਲਾ ਦਿੱਤਾ ਕਿ ਤੁਸੀਂ ਨਾਲ ਨਾਲ ਗਾਉਣਾ ਵੀ ਸ਼ੁਰੂ ਕਰੋ, ਕਿਉਂਕਿ ਗਾਇਕੀ ਜਿਹੜੀ ਹੈ ਨਾ, ਬੰਦਾ ਜਦੋਂ ਜਾਂਦਾ ਕਿਤੇ ਸ਼ੋਅ ਤੇ ਕੁਛ ਨਾ ਕੁਛ ਉਹਨੂੰ ਮਿਲਦਾ ਹੈ, ਜਾਂ ਕੋਈ ਪ੍ਰੋਗਰਾਮ ਕਰੂਗਾ ਕਿਤੇ ਲੋਕੀ ਹੋਣਾ। ਗੀਤਕਾਰੀ ਵਿੱਚ ਬਹੁਤਾ ਬੰਦਾ ਸਟਰੋਂਗ ਫਾਈਨੈਂਸ਼ਲੀ ਸਟਰੋਂਗ ਨਹੀਂ ਹੁੰਦਾ ਜਿੱਦਾਂ ਨਾ। ਜੀ 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 ਜੀ। ਤੇ ਉਹਦੇ ਨਾਲ ਚਲੋ ਰੋਟੀ ਪਾਣੀ ਜਾਂ ਬੰਦੇ ਦਾ ਚੱਲਦਾ ਰਹਿੰਦਾ, ਗਾਇਕੀ ਦੇ ਨਾਲ ਬੰਦਾ ਥੋੜ੍ਹਾ ਜਿਹਾ ਆਪਣਾ ਪਰਿਵਾਰ ਨੂੰ ਪਾਲਦਾ ਰਹਿੰਦਾ ਕਿ ਨਹੀਂ, ਰੋਜ਼ਗਾਰ ਦਾ ਛੋਟੇ ਮੋਟੇ ਰੁਜ਼ਗਾਰ ਲਈ ਸਾਧਨ ਸੀ। ਜੀ ਜੀ ਜੀ। ਪਰ ਹੁਣ ਜਿਹੜੀ ਗਾਇਕੀ ਹੁਣ ਦੀ ਗਾਇਕੀ ਜਿਹੜਾ ਉਦੋਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਕਿਸ ਤਰ੍ਹਾਂ ਦਾ ਫਰਕ? ਦੇਖੋ ਸਰ, ਇਸ ਤਰ੍ਹਾਂ ਪੈ ਗਿਆ ਵੀ ਅੱਜ ਕੱਲ ਜਿਹੜਾ ਬੰਦਾ ਪੈਸੇ ਦੀ ਬਹੁਤ ਜ਼ਰੂਰਤ ਹੈ ਗਾਇਕੀ ਦੀ, ਉਹ ਸਮਾਂ ਸੀ ਜਦੋਂ ਅਸੀਂ ਉਹਨੂੰ ਕੰਪਨੀਆਂ ਕੋਲ ਪੈਸੇ ਲੈਂਦੇ ਰਹੇ ਹਾਂ। ਮੈਂ ਵੀ ਪ੍ਰੋਜੈਕਟ ਵੇਚੇ ਨੇ ਕਾਫੀ ਬਣਾ ਬਣਾ ਕੇ ਸਿੰਗਰਾਂ ਦੇ, ਤੇ ਉਦੋਂ ਅਸੀਂ ਪੈਸੇ ਕੰਪਨੀਆਂ ਦਿੰਦੇ ਸੀ, ਕੰਪਨੀਆਂ ਦਾ ਦੇਖਦਾ ਹੁੰਦਾ ਸੀ ਉਦੋਂ ਸਾਰਾ, ਜੋ ਵੀ ਉਹਨਾਂ ਦੀਆਂ ਕੈਸਟਾਂ ਸੀਡੀਆਂ ਕਹਿ ਲਓ ਜਾਂ ਵੀ। ਹੁਣ ਕੰਪਨੀਆਂ ਮਜਬੂਰ ਹੋ ਗਈਆਂ ਨੇ, ਉਹਨਾਂ ਦੇ ਟਰੈਕ ਜਾਂ ਸੀਡੀਆਂ ਕੁਛ ਵਿਕਦਾ ਨੀ, ਮਾਰਕੀਟ ਚੋਂ ਸਿੰਗਰ ਨੂੰ ਕਿੱਥੋਂ ਦੇਣ। ਹੁਣ ਜਿਹੜੇ ਬੰਦੇ ਕੋਲ ਪੈਸੇ ਆ, ਜਾਂ ਪੈਸੇ ਨਾਲ ਜ਼ਿਆਦਾ ਪੈਸੇ ਲਾ ਕੇ ਆਪਣਾ ਗਾਣਾ ਜਾਂ ਸਿੰਗਿੰਗ ਨੂੰ ਪ੍ਰਮੋਟ ਕਰ ਸਕਦਾ, ਤੇ ਗਾਇਕੀ ਚੋਂ ਵੀ ਪੈਸੇ ਦਾ ਜ਼ਿਆਦਾ ਉਹ ਚੀਜ਼ ਭਾਰੂ ਹੋ ਗਈ ਆ। ਹਾਂਜੀ, ਉਹ ਤਾਂ ਹੈ ਹੀ, ਜਿਹੜਾ ਫਾਈਨਾਂਸ ਭਾਰੂ ਹੋ ਗਿਆ, ਕਲਾ ਕਿਤੇ ਪਿੱਛੇ ਰਹਿੰਦੀ ਜਾ ਰਹੀ ਆ। ਚਲੋ, ਇੰਝ ਵੀ ਆਪਾਂ ਕਹਿ ਸਕਦੇ ਹਾਂ, ਜੀ 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 ਜੀ, ਜਿਸ ਬੰਦੇ ਕੋਲ ਹੈ ਅਗਲਾ ਆਪਣਾ ਕਰਦਾ ਆ, ਕਿਉਂਕਿ ਆਪਾਂ ਇਹ ਸੁਣਦੇ ਰਹਿੰਦੇ ਹਾਂ ਫੀਲਡ ਵਿੱਚ ਕਿ ਦੇਖੋ ਜੀ, ਜੇ ਜ਼ੋਰ ਨਹੀਂ ਵੀ ਲੱਗਦਾ ਕੰਪਿਊਟਰ ਲਾ ਦਿੰਦਾ। ਮਸ਼ੀਨੀ ਜੋਗੇ ਜੀ ਸਾਰੇ ਕਰਦੇ ਨੇ, ਮਸ਼ੀਨ ਜਿਹੜਾ ਕੰਪਿਊਟਰ ਹੈ ਤੁਹਾਨੂੰ ਪਤਾ, ਮਸ਼ੀਨੀ ਜੋਗੇ ਦੇ ਨਾਲ ਬਿਲਕੁਲ ਬਿਲਕੁਲ, ਤੇ ਫਰਕ ਤਾਂ ਪੈ ਹੀ ਜਾਂਦਾ, ਕਾਫੀ ਫਰਕ ਪੈ ਜਾਂਦਾ ਇਸ ਗੱਲ ਨੂੰ। ਤੁਹਾਡੇ ਕਿੰਨੀਆਂ ਜਿਹੜੀਆਂ ਐਲਬਮ ਹੁਣ ਤੱਕ ਆ ਚੁੱਕੀਆਂ ਨੇ, ਕੋਈ ਆਈਡੀਆ ਤੁਹਾਨੂੰ ਹੋਵੇ, ਕਿਉਂਕਿ ਕਾਫੀ ਲੰਬਾ ਇਹ ਅਰਸਾ ਹੈ, ਕਾਫੀ ਲੰਬਾ ਸਮਾਂ ਹੈ ਤੁਸੀਂ ਸਰਗਰਮ ਹੋ ਇਸ ਫੀਲਡ ਵਿੱਚ। ਗਾਇਕੀ ਵਿੱਚ ਮਲਟੀ ਕੈਸਟਾਂ 'ਚ ਮੈਂ ਕਾਫੀ ਗਾਣੇ ਗਾਏ ਨੇ, ਕਾਫੀ ਮਲਟੀ ਕੈਸਟਾਂ ਕੀਤੀਆਂ, ਤਾਂ ਮੇਰੇ ਬੜੇ ਅੱਛੇ ਦੋਸਤ ਨੇ, ਰਣਜੀਤ ਮਣੀ ਭਾਜੀ ਹੈਗੇ ਨੇ, ਸੁਰਿੰਦਰ ਲਾਡੀ ਜੀ ਹੈਗੇ ਨੇ, ਸੋਹਣ ਸਿਕੰਦਰ ਆ, ਸੁਖਵਿੰਦਰ ਪੰਛੀ ਭਾਜੀ ਹੈਗੇ ਸੀਗੇ, ਹਾਂਜੀ ਹਾਂਜੀ ਬਿਲਕੁਲ, ਹੋਰ ਵੀ ਚਰਨਜੀਤ ਚੰਨੀ ਪੁਰਾਣੇ ਕੋਈ ਸਿੰਗਰ ਹੈਗੇ ਨੇ, ਮਤਲਬ ਮਿੱਤਰ ਸੀਗੇ ਜੀ, ਸਲੀਮ ਜੀ, ਸਾਗਰ ਜੀ, ਹੋਰ ਮਤਲਬ ਜੀ 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 ਕਾਫੀ ਸਿੰਗਰ ਨੇ, ਉਹਨਾਂ ਦੀਆਂ ਕੈਸਟਾਂ ਕੀਤੀਆਂ ਮੈਂ। ਫਿਰ ਬਾਬਾ ਜੀ ਹਕਮ ਸੁਫੀ ਸਾਹਿਬ ਜਿਹੜੇ ਪਿੱਛੇ ਐਕਸਪਾਇਰ ਹੋ ਗਏ ਨੇ, ਉਹਨਾਂ ਦੇ ਵੀ ਮੈਂ ਗਾਣੇ ਬਣਾਏ ਸੀਗੇ, ਕੀਤੇ ਸੀਗੇ। ਪਾਲੀ ਭਾਜੀ ਹੈਗੇ ਨੇ, ਪਾਲੀ ਦੋਸਤ ਦੇਸ ਵਾਲੇ ਆ ਜੀ, ਜੀ ਜੀ ਜੀ, ਜਸਵੰਤ ਸੰਦੀਲਾ ਭਾਜੀ ਹੈਗੇ ਨੇ, ਰਣਜੀਤ ਰਾਣਾ ਜੀ ਬੜੇ ਅੱਛੇ ਦੋਸਤ ਨੇ ਆਪਣੇ, ਮਤਲਬ ਮੱਦੀ ਭਾਜੀ, ਕਾਫੀ ਸਿੰਗਰ ਨੇ ਜਿਹੜੇ ਮੋਸਟਲੀ ਮੈਂ ਹੁਣ ਕਾਫੀ ਨਾਂ ਕਰਦਾ, ਜਿੰਨੇ ਵੀ ਇੰਡਸਟਰੀ ਦੇ ਬੰਦੇ ਨੇ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਕੀਤਾ, ਮੈਂ ਹੁਣ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ, ਜਿੰਨੇ ਵੀ ਸਿੰਗਰ ਨੇ ਸਾਰੇ ਮੇਰੇ, ਜਿੰਨੇ ਮੇਰੇ ਅਟੈਚ ਨਾਲ ਰਹੇ ਨੇ ਮੇਰੇ ਨੇ, ਜਾਂ ਜੋ ਵੀ ਜਿੰਨੇ ਵੀ ਹੈਗੇ ਨੇ, ਸਾਰਿਆਂ ਦੀ ਮੈਂ ਕਦਰ ਕਰਦਾ, ਸਾਰੇ ਬਹੁਤ ਵਧੀਆ ਨੇ, ਬਹੁਤ ਵਧੀਆ ਗਾਉਂਦੇ ਨੇ, ਮੇਰੇ ਨਾਲੋਂ ਸਾਰੇ ਚੰਗੇ ਨੇ, ਸਾਰਿਆਂ ਨੂੰ ਮੈਂ ਬਹੁਤ ਪਿਆਰ ਕਰਦਾ। ਵਾਹ ਜੀ ਵਾਹ, ਇਹ ਦੇਖੋ ਜੀ, ਇਹ ਮੈਨੂੰ ਲੱਗਦਾ ਕਿ ਰਜਿੰਦਰ ਸਨਮ ਜੀ ਦੀ ਇਹ ਨਿਮਰਤਾ ਹੈ ਜਿਹੜੀ ਇਹ ਗੱਲ ਉਹ ਕਹਿ ਰਹੇ ਨੇ, ਨਹੀਂ ਤਾਂ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਵੀ ਮੈਂ ਫਲਾਣੇ ਨੂੰ ਵੀ ਸਿਖਾਤਾ, ਫਲਾਣੇ ਨੂੰ ਵੀ ਸਿਖਾਤਾ, ਇਹ ਫਿਰ ਬਾਅਦ ਚ ਭੁੱਲ ਗਏ। ਮੈਂ ਤਾਂ ਆਪ ਇਹ ਸਿੱਖ ਰਿਹਾ ਜੀ, ਮੈਨੂੰ ਇਹ ਕਿਉਂਕਿ ਗਾਣਾ ਬਹੁਤ ਵਿਸ਼ਾਲ ਆ, ਮੈਂ ਗਾਣਾ ਜਿਹੜਾ ਇਹਦਾ ਬਹੁਤ ਵਿਸ਼ਾਲ ਹੈਗਾ, ਸਿੱਖ ਹੀ ਰਹੇ ਹਾਂ, ਚਲੋ ਸਿੱਖ ਹੀ ਜਾਂਦਾ ਬੰਦਾ ਸਾਰੀ ਜ਼ਿੰਦਗੀ। ਮਲਟੀ ਜਿਹੜੀਆਂ ਐਲਬਮ ਤੇ ਉਹ ਨਾਲ ਨਾਲ ਕੋਈ ਆਪਣੀ ਸੋਲੋ ਐਲਬਮ ਵੀ ਤੁਸੀਂ ਕੀਤੀ? ਹਾਂਜੀ, ਮੈਂ 9/9/2009 ਦੇ ਵਿੱਚ ਇੱਕ ਮੇਰੀ ਕੈਸਟ ਸੀਗੀ ਆਏ, ਭੇਟਾਂ ਦੀਆਂ ਦਮਾਤਾਂ ਦੀਆਂ ਕਾਫੀ ਕੈਸਟਾਂ ਮੈਂ ਕੀਤੀਆਂ ਜੀ। ਜੀ ਜੀ ਜੀ, ਕਾਫੀ ਹੁਣ ਸਿੱਖੀ ਦੇ ਪ੍ਰੋਜੈਕਟ ਵੀ ਕੀਤੇ ਨੇ ਮੇਰੇ ਆਪਣੇ, ਇੱਕ ਸਿੱਖੀ ਮੇਰਾ ਪਿੱਛੇ ਜਿਹਾ ਰਿਲੀਜ਼ ਹੋਇਆ ਸਾਹਿਬਜ਼ਾਦਿਆਂ ਦਾ ਜੀ, ਤੇ ਇੱਕ ਮੈਂ 2009 ਤੋਂ ਚਾਹੀ ਮੇਰੀ ਕੈਸਟ ਤੇਰੀ ਮੇਰੀ ਪ੍ਰੇਮ ਕਹਾਣੀ ਜੀ, ਉਹ ਸਾਡੇ ਬਾਬਾ ਜੀ ਗੁਰਦਾਸ ਮਾਨ ਸਾਹਿਬ ਉਹਨਾਂ ਨੇ ਰਿਲੀਜ਼ ਕੀਤੀ ਸੀ ਜੀ 2009 ਦੇ ਵਿੱਚ। ਬਸ ਕਿਆ ਬੰਦਾ,
ਕਾਫੀ ਜਿਹੜਾ ਸਰਗਰਮੀ ਨਾਲ ਤੁਸੀਂ ਇਹਦੇ ਵਿੱਚ ਅੱਗੇ ਚੱਲ ਰਹੇ ਹੋ, ਵੱਧ ਰਹੇ ਹੋ। ਹਾਂਜੀ, ਕਾਫੀ ਕੈਸਟਾਂ ਭੇਟਾਂ ਨਹੀਂ ਹੋਈਆਂ ਨੇ, ਜੀ ਹਰ ਜੀ ਜੀ ਸਪਾਈ ਦੇ ਰਿਲੀਜ਼ ਕੀਤਾ, ਕਾਫੀ ਸਿੰਗਰਾਂ ਤੋਂ ਮੈਂ ਕਰਾਇਆ, ਬਹੁਤ ਵਧੀਆ ਵਧੀਆ ਸਿੰਗਰਾਂ ਨੇ ਮੇਰੇ ਉਹ ਜੀ 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 ਰਿਲੀਜ਼ ਕੀਤੇ ਨੇ, ਸਪੋਰਟ ਵੀ ਕੀਤੀ ਮੇਰੀ ਸਾਰਿਆਂ ਨੇ। ਤੇ ਸਨਮ ਜੀ, ਜਿਹੜੀ ਤੁਸੀਂ ਕਿਹਾ ਸੀ ਸਿੱਖੀ ਦੇ ਪ੍ਰੋਜੈਕਟ ਵੀ ਤੁਸੀਂ ਕਰ ਰਹੇ ਹੋ, ਤੇ ਉਹਦੇ ਵਿੱਚ ਉਹ ਕੋਈ ਜਿਹੜੀ ਸਾਂਝ ਤੁਸੀਂ ਪਾਉਣੀ ਚਾਹੋ? ਹਾਂਜੀ, ਉਹ ਸ਼ਬਦ ਸਿੱਖ ਸਾਹਿਬਜ਼ਾਦਿਆਂ ਦਾ ਜੀ, ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਜੀ ਜੀ ਬਿਲਕੁਲ, ਜਿਹਨਾਂ ਦੀ ਬਦੌਲਤ ਅੱਜ ਅਸੀਂ ਇੱਕ ਆਜ਼ਾਦ ਜ਼ਿੰਦਗੀ ਜੀ ਰਹੇ ਹਾਂ, ਉਹਨਾਂ ਨੂੰ ਪ੍ਰਣਾਮ ਹੈ ਸ਼ਹੀਦਾਂ ਨੂੰ। ਬਿਲਕੁਲ ਜੀ, ਤੋ ਉਹ ਸੀ ਇੱਕ ਸ਼ਬਦ ਸੀਗਾ ਜੀ। ਜਿੰਨੇ ਮਰਜੀ ਤੂੰ ਫਤਵੇ ਲਾ ਦੇ, ਜਿਹੜੀ ਮਰਜੀ ਸਜ਼ਾ ਸੁਣਾ ਦੇ, ਚਾਹੇ ਫਾਂਸੀ ਦੇ ਤਖਤ ਚੜਾ ਦੇ, ਇਹ ਜੋੜੀ ਧਰਮ ਨਹਾਰੀ ਏ, ਅਸੀਂ ਈਨ ਤਾਂ ਮੰਨਣੀ ਨਹੀਂ ਸੂਬੇ, ਸਿੱਖੀ ਜਾਨ ਤੋਂ ਵੱਧ ਪਿਆਰੀ ਏ, ਅਸੀਂ ਈਨ ਤਾਂ ਮੰਨਣੀ ਨਹੀਂ ਸੂਬੇ, ਸਿੱਖੀ ਜਾਨ ਤੋਂ ਵੱਧ ਪਿਆਰੀ ਏ। ਇਹ ਧਾਰਮਿਕ ਜਿਹੜਾ ਮੇਰਾ ਟਰੈਕ ਸੀ ਸਾਹਿਬਜ਼ਾਦਿਆਂ ਦਾ, ਉਹਦੇ ਗੀਤ ਸੀਗਾ। ਇਹ ਟਰੈਕ ਸੀ ਕਿ ਪੂਰੀ ਐਲਬਮ? ਨਹੀਂ ਜੀ, ਇਹ ਟਰੈਕ ਸੀ, ਇੱਕੋ ਟਰੈਕ ਸੀ ਜੀ। ਜੀ ਬਿਲਕੁਲ, ਇਹ ਬਹੁਤ ਹੀ ਇੱਕ ਜਿਹੜਾ ਵੱਖਰੀ ਤਰ੍ਹਾਂ ਦਾ ਜਿਹੜਾ ਅੱਜ ਦੀ ਟਾਈਮ 'ਤੇ ਚੱਲ ਰਿਹਾ ਸਿਸਟਮ, ਕਿ ਆਪਾਂ ਆਪਣੀ ਇੱਕ ਟਰੈਕ ਕਰਦੇ ਹਾਂ। ਹਾਂਜੀ ਹਾਂਜੀ, ਔਰ ਇਹ ਪੂਰਾ ਟਰੈਕ ਵੀ ਬਹੁਤ ਹੀ ਵਧੀਆ ਤੁਸੀਂ ਆਪ ਹੀ ਲਿਖਿਆ? ਨਹੀਂ ਜੀ, ਗੀਤ ਲਿਖਿਆ ਜੀ ਅਨਪੜ੍ਹ ਪੈਂਦਾ ਵਾਲਾ, ਬੰਦੇ ਦਾ ਨਾਂ ਅਨਪੜ੍ਹ ਆ, ਹਾਂਜੀ ਹਾਂਜੀ, ਪਾਤਰਾ ਧੁਨੇ ਉਹਨਾਂ ਦਾ ਲਿਖਿਆ ਗੀਤ ਆ ਜੀ। ਜੀ ਜੀ ਜੀ, ਉਹਨਾਂ ਦਾ ਲਿਖਿਆ ਉਹ ਗੀਤ, ਉਹਨਾਂ ਦੇ ਸ਼ਾਇਦ ਮਣੀ ਜੀ ਹੋਣਾ ਨੇ ਵੀ ਗੀਤ ਗਾਇਆ। ਨਹੀਂ, ਮੈਨੂੰ ਇਹਦਾ ਬਹੁਤਾ ਨਹੀਂ ਪਤਾ, ਜੀ ਪਰ ਉਹ ਬੜੇ ਸਤਿਕਾਰਯੋਗ ਨੇ, ਮੈਂ ਉਹਨਾਂ ਦਾ ਗੀਤ ਕੀਤਾ, ਉਹਨਾਂ ਨੇ ਮੈਨੂੰ ਦਿੱਤਾ ਸੀ ਉਹਨਾਂ ਦਾ ਗੀਤ ਗਾਇਆ। ਵਾਕਈ ਵਾਕਈ, ਕੀ ਬਾਤ ਆ। ਤੋ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਰਜਿੰਦਰ ਸਨਮ ਜੀ ਨਾਲ, ਤੇ ਇਹਨਾਂ ਦੇ ਗੀਤਾਂ ਨਾਲ ਸਾਂਝ ਤੁਹਾਡੀ ਸਾਰਿਆਂ ਦੀ, ਸਾਡੀ ਸਾਰਿਆਂ ਦੀ ਬਹੁਤ ਪੁਰਾਣੀ ਹੈ, ਤੇ ਅੱਜ ਰੂਬਰੂ ਆਪਾਂ ਕਰਨ ਦੀ ਖੁਸ਼ੀ ਲੈ ਰਹੇ ਹਾਂ ਦੁਆਬਾ ਰੇਡੀਓ ਤੋਂ। ਤੇ ਸਨਮ ਜੀ, ਤੇ ਆਪਣੇ ਇਸ ਸਫ਼ਰ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਗਾਇਕੀ ਤੁਹਾਨੂੰ ਜ਼ਿਆਦਾ ਤੁਹਾਡੇ ਦਿਲ ਦੇ ਨੇੜੇ ਆ, ਕਿਸ ਤਰ੍ਹਾਂ ਦੇ ਤੁਹਾਨੂੰ ਗੀਤ ਗਾਉਣੇ ਜ਼ਿਆਦਾ ਪਸੰਦ ਨੇ? ਮੈਂ ਤੁਹਾਨੂੰ ਦੱਸਿਆ ਵੀ ਗੀਤ, ਚਲੋ ਆਪੋ ਆਪਣੇ ਸਾਰੇ ਵਧੀਆ ਨੇ, ਜਿੰਨੇ ਵੀ ਸਿੰਗਰ ਗਾ ਰਹੇ ਨੇ ਮਾਰਕੀਟ 'ਚ, ਜੋ ਵੀ ਕਰ ਰਿਹਾ, ਹਰ ਬੰਦੇ ਨੂੰ ਜੋ ਵੀ ਮਾਲਕ ਨੇ ਜੋ ਵੀ ਬਖਸ਼ਿਸ਼ ਕੀਤੀ ਕਿਸੇ ਨੂੰ, ਜੀ ਜੀ, ਉਹ ਜੋ ਵੀ ਆਪਣੀ ਜਗ੍ਹਾ ਠੀਕ ਨੇ, ਸਾਰੇ ਠੀਕ ਨੇ। ਹਰ ਬੰਦੇ ਦਾ ਆਪਣਾ ਹੁੰਦਾ ਨਾ ਟੇਸਟ ਹੁੰਦਾ, ਆਪਣਾ ਸਵਾਦ ਹੁੰਦਾ, ਪਰ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੋਸਟਲੀ ਜ਼ਿਆਦਾ ਰੋਮਾਂਟਿਕ ਸੌਂਗ ਜਿਹੜੇ ਮੈਨੂੰ ਜ਼ਿਆਦਾ ਪਸੰਦ ਨੇ, ਉਹੀ ਮੈਂ ਜ਼ਿਆਦਾ। ਤੋ ਰੋਮਾਂਟਿਕ ਫਿਰ ਹੋ ਜਾਏ ਸੌਂਗ? ਹਾਂਜੀ, ਮੈਂ ਰੋਮਾਂਟਿਕ ਸੌਂਗ ਵੀ ਤੁਹਾਨੂੰ ਸੁਣਾ ਦਿੰਦਾ ਜੀ ਜੀ ਜੀ। ਬੜਾ ਯਾਦੀਆਂ ਨਾ, ਬੜਾ ਯਾਦੀਆਂ ਨਾਈ, ਬੜਾ ਯਾਦੀਆਂ ਨਾਈ, ਬੜਾ ਯਾਦੀਆਂ ਨਾਈ, ਹਾਏ ਸੋਹਣਿਆ ਵੇ ਮਨ ਮੋਣਿਆ, ਹਾਏ ਸੋਹਣਿਆ ਵੇ ਮਨ ਮੋਣਿਆ, ਰਾਤਾਂ ਨੂੰ ਜਗਾਉਣਾ ਈ, ਬੜਾ ਯਾਦੀਆਂ ਨਾਈ, ਬੜਾ ਯਾਦੀਆਂ ਨਾਈ, ਬੜਾ ਯਾਦੀਆਂ ਨਾਈ। ਇੱਦਾਂ ਦੇ ਕੁਛ ਹੋਰ ਵੀ ਮੇਰੇ ਸੌਂਗ ਨੇ ਕਾਫੀ, ਇੱਕ ਨਵਾਂ ਮੇਰਾ ਟਰੈਕ ਆ ਰਿਹਾ, ਜੇ ਸਮਾਂ ਹੈ ਤਾਂ ਮੈਂ ਤੁਹਾਨੂੰ ਸੁਣਾ। ਬਿਲਕੁਲ ਬਿਲਕੁਲ ਜੀ, ਬਿਲਕੁਲ। ਜਾਨ ਜਾਨ ਕਹਿੰਦੀ ਮੇਰੀ ਜਾਨ ਹੋ ਗਈ, ਸੋਹਣੀ ਜੀ ਹਸੀਨ ਮਿਹਰਬਾਨ ਹੋ ਗਈ, ਜਾਨ ਜਾਨ ਕਹਿੰਦੀ ਮੇਰੀ ਜਾਨ ਹੋ ਗਈ, ਇੱਕ ਕੁੜੀ ਸਾਤੇ ਮਿਹਰਬਾਨ ਹੋ ਗਈ, ਪਰੀਆਂ ਤੋਂ ਸੋਹਣੀ ਲੱਗੇ ਅੰਬਰਾਂ ਦੀ ਹੂਰ, ਪਰੀਆਂ ਤੋਂ ਸੋਹਣੀ ਲੱਗੇ ਅੰਬਰਾਂ ਦੀ ਹੂਰ, ਸਾਡੇ ਲਈ ਉਹ ਰੱਬ ਦੇ ਸਮਾਨ ਹੋ ਗਈ, ਜਾਨ ਜਾਨ ਕਹਿੰਦੀ ਮੇਰੀ ਜਾਨ ਹੋ ਗਈ, ਇੱਕ ਕੁੜੀ ਸਾਤੇ ਮਿਹਰਬਾਨ ਹੋ ਗਈ। ਇਹ ਨਵਾਂ ਮੇਰਾ ਗੀਤ ਕੀਤਾ ਜੀ, ਵੀ ਕਰਾ ਰਿਹਾ ਟ੍ਰੈਕ। ਇਹ ਰਿਲੀਜ਼ ਹੋਣ ਵਾਲਾ ਹੈ? ਹਾਂਜੀ, ਇਹ ਮੇਰਾ ਆਪਣਾ ਲਿਖਿਆ ਜੀ ਮੈਂ। ਹਾਂਜੀ, ਰਿਲੀਜ਼ ਕਰ ਰਹੇ ਹਾਂ ਜਲਦੀ। ਬਿਲਕੁਲ ਬਿਲਕੁਲ ਜੀ, ਮਤਲਬ ਜਿਹੜਾ ਨਵਾਂ ਸਾਲ ਹੈ ਉਹਦੇ ਉਹਦੀ ਆਮਦ ਦੇ ਉੱਤੇ ਇਹ ਟ੍ਰੈਕ ਜਿਹੜਾ ਸਾਨੂੰ ਸੁਣਨ ਨੂੰ ਮਿਲੇਗਾ। ਹਾਂਜੀ ਹਾਂਜੀ, ਟ੍ਰਾਈ ਕਰ ਰਹੇ ਜੀ, ਨਾਲ ਨਾਲ ਪਰਿਵਾਰ ਵੀ ਪਾ ਰਹੇ, ਤੁਹਾਨੂੰ ਪਤਾ ਸਾਰਾ ਕੁਝ ਦੇਖਣਾ ਪੈਂਦਾ ਹੈ, ਤੇ ਨਾਲ ਆਪਣਾ ਸ਼ੌਕ ਵੀ ਹੈ, ਬਾਕੀ ਸਾਰੀਆਂ ਦੁਆਵਾਂ ਨੇ ਪੰਜਾਬੀ ਸੁਣਨ ਦੀਆਂ, ਪਿਆਰ ਹੌਸਲਾ ਦੇਣ ਵਾਲੇ।
ਸਾਰੇ ਜਿਹੜੇ ਤੁਹਾਡੇ ਵਰਗੇ ਲੋਕ ਉਹਨਾਂ ਦਾ ਬਹੁਤ ਰਹੀ ਹਾਂ। ਤੋ ਇਹ ਜਿਹੜੇ ਜਿਵੇਂ ਤੁਸੀਂ ਦੱਸਿਆ ਪ੍ਰੋਗਰਾਮ ਤੁਸੀਂ ਸਟੇਜਾਂ ਵੀ ਕਰਦੇ ਹੋ, ਕਿੱਥੇ ਕਿੱਥੇ ਤੁਸੀਂ ਸਟੇਜਾਂ ਹੁਣ ਤੱਕ ਜਿਹੜੀਆਂ ਕਰ ਚੁੱਕੇ ਹੋ? ਕਾਫੀ ਲਾਈਆਂ ਨੇ ਇੱਧਰ ਬਠਿੰਡਾ ਸਾਈਡ ਤੇ ਵੀ ਲਾ ਲਓ, ਜਿੱਦਾਂ ਪੰਜਾਬ ਚ ਤੋਂ ਜਿੱਥੇ ਜਿੱਥੇ ਵੀ ਕੋਈ ਬੰਦਾ ਹੁੰਦਾ ਜਾਣਾ ਪੈਂਦਾ ਪ੍ਰੋਗਰਾਮ ਤੇ, ਜਿੱਥੇ ਵੀ ਕੋਈ ਬੁਲਾਵੇ ਖੁੱਲੇ ਹਾਂਜੀ ਖੁੱਲੇ ਹਾਂਜੀ ਠੀਕ ਹੈ, ਜਿੰਨਾ ਕੋਈ ਆਪਣਾ ਮੇਰਾ ਦਾਇਰਾ ਆ, ਮੈਂ ਨਹੀਂ ਕਹਿੰਦਾ ਕੋਈ ਬਹੁਤ ਮੇਰਾ ਕੋਈ ਵੱਡਾ, ਜਿੰਨਾ ਕੁ ਮੇਰਾ ਦਾਇਰਾ ਹੈਗਾ ਮੈਂ ਉਨਾ ਕੁ ਮਤਲਬ ਕਰਦਾ ਹਾਂ, ਆਪਣਾ ਚਲੀ ਜਾਂਦਾ ਮਾਲਕ ਦੀ ਬਸ ਕਿਰਪਾ ਆ, ਰੋਟੀ ਪਾਣੀ ਦਾ ਚੱਲੀ ਜਾਂਦਾ ਜੇ ਗੱਲ ਬਸ ਠੀਕ ਹੈ। ਬਿਲਕੁਲ ਬਿਲਕੁਲ ਜੀ, ਇਹ ਕਾਫੀ ਉੱਭਰ ਕੇ ਆਪਣੀ ਗੱਲਬਾਤ ਚੋਂ ਗੱਲ ਆ ਰਹੀ ਹੈ ਕਿ ਰੋਟੀ, ਮੈਨੂੰ ਰਜੇਸ਼ ਖੰਨਾ ਦੀ ਫਿਲਮ ਰੋਟੀ ਚੇਤੇ ਆ ਰਹੀ ਹੈ, ਪੁਸ਼ਪਾ ਇੱਕ ਰੋਟੀ ਤੋਂ ਲਾਨਾ ਰਹੀ ਅਰਜਿੰਦਰ ਸੋਨਮ ਜੀ ਬਹੁਤ ਹੀ ਬੇਬਾਕ ਤੇ ਸੱਚੀਆਂ ਗੱਲਾਂ ਕਰ ਰਹੇ ਨੇ, ਔਰ ਮੈਨੂੰ ਲੱਗਦਾ ਕੋਈ ਡਿਪਲੋਮੇਸੀ ਇਹਨਾਂ ਚ ਨਹੀਂ ਗੱਲਾਂ ਦੇ ਵਿੱਚ ਆ ਰਹੀ। ਤੋ ਸੋਨਮ ਜੀ ਟਰੈਕ ਹੋ ਗਏ, ਐਲਬਮਸ ਹੋ ਗਈਆਂ ਤੇ ਸਟੇਜਾਂ ਦੇ ਉੱਤੇ ਵੀ ਆਪਾਂ ਕਾਫੀ ਜਿਹੜਾ ਸ਼ਿੱਦਤ ਨਾਲ ਕੰਮ ਵੀ ਕੀਤਾ, ਤੇ ਕੀ ਚੀਜ਼ ਤੁਹਾਨੂੰ ਲੱਗਦਾ ਹੋਰ ਤੁਸੀਂ ਕੀ ਕਰਨਾ ਚਾਹੁੰਦੇ? ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇੱਕ ਮੀਡੀਆ ਜਿਹੜਾ ਮੀਡੀਆ ਦਾ ਬਹੁਤ ਬਹੁਤ ਮੈਂ ਸ਼ੁਕਰ ਗੁਜ਼ਾਰ ਹਾਂ ਬਹੁਤ ਬਹੁਤ, ਕਿਉਂਕਿ ਅਗਰ ਜੇ ਮੈਂ ਜੇ ਕੁਛ ਥੋੜੇ ਬਹੁਤੇ ਲੋਕ ਜਿੰਨੇ ਕੁ ਵੀ ਮੈਨੂੰ ਜਾਣਦੇ ਨੇ ਜੇ ਜੀ, ਤਾਂ ਉਹਦੇ ਲਈ ਇੱਕ ਪ੍ਰਿੰਟ ਮੀਡੀਆ ਦਾ ਵੀ ਬਹੁਤ ਵੱਡਾ, ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਪ੍ਰੈਸ ਦਾ ਬਹੁਤ ਜ਼ਿਆਦਾ ਜੀ ਜੀ, ਕਿਉਂਕਿ ਮੈਂ ਮੀਡੀਆ ਨਾਲ ਵੀ ਜੁੜਿਆ ਹੋਇਆ, ਅਖਬਾਰਾਂ ਨਾਲ ਜੁੜਿਆ ਹੋਇਆ, ਮੇਰੀ ਕਾਫੀ ਸਪੋਰਟ ਹੈ ਅਖਬਾਰਾਂ ਨੂੰ, ਮੈਂ ਹਰ ਅਖਬਾਰ ਵਾਲੇ ਦਾ ਸਾਰਿਆਂ ਦਾ ਬਹੁਤ ਬਹੁਤ ਰਿਣੀ ਹਾਂ, ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਤਹਿ ਦਿਲ ਤੋਂ, ਕਿਉਂਕਿ ਹਰ ਅਖਬਾਰ ਨੇ ਮੈਨੂੰ ਬੜਾ ਸਤਿਕਾਰ ਦਿੱਤਾ, ਬੜਾ ਪਿਆਰ ਦਿੱਤਾ ਆ ਜੀ ਜੀ ਜੀ, ਉਹਨਾਂ ਦਾ ਮੀਡੀਆ ਦਾ ਬਹੁਤ ਜ਼ਿਆਦਾ ਕਦਰਦਾਨ ਹੈ ਰਿਣੀ ਆ ਵਰਦ ਕੰਮ ਤੱਕ, ਕਿਉਂਕਿ ਮੀਡੀਆ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਬਹੁਤ ਜ਼ਿਆਦਾ। ਤੇ ਜਾਂਦੇ ਜਾਂਦੇ ਦੋਸਤਾਂ ਦੀ ਨਜ਼ਰ, ਤੁਸੀਂ ਕਿਹੜਾ ਗੀਤ ਕਰਦੇ ਜਾਓਗੇ? ਕੋਈ ਪੰਜਾਬੀ ਸੱਭਿਆਚਾਰ ਵਿੱਚੋਂ ਸੂਫੀ ਵਿੱਚੋਂ ਜਿਹੜਾ ਤੁਹਾਡੇ ਲੱਗਦਾ ਕਿ ਹੁਣ ਮਿੱਤਰਾਂ ਦੇ ਤੱਕ ਇਹ ਗੱਲ ਜ਼ਰੂਰ ਆਪਾਂ ਇਹ ਗਾਣਾ ਤਾਂ ਜ਼ਰੂਰ ਸਾਂਝਾ ਕਰਨਾ, ਕਿਉਂਕਿ ਤੁਸੀਂ ਬਹੁਤ ਗਾਏ ਨੇ ਸਾਰੇ ਤੁਹਾਡੇ ਮਨ ਦੇ ਨੇੜੇ ਨੇ? ਹਾਂਜੀ ਮਿੱਤਰਾਂ ਨੂੰ ਮੈਂ ਗੀਤ, ਇੱਕ ਮੇਰਾ ਗੀਤ ਸੀਗਾ ਜਿਹੜਾ ਟਾਈਟਲ ਗੀਤ ਤੁਹਾਨੂੰ ਪਸੰਦ ਰਹੇ ਜੇ ਕਹੋ ਤੇਰੀ ਮੇਰੀ ਪ੍ਰੇਮ ਕਰਨੀ, ਜੀ ਜੀ ਬਿਲਕੁਲ ਬਿਲਕੁਲ, ਤੇਰੀ ਮੇਰੀ ਪ੍ਰੇਮ ਕਹਾਣੀ ਕਦੇ ਨਾ ਸੱਜਣਾ ਹੋ ਪੁਰਾਣੀ, ਤੇਰੀ ਮੇਰੀ ਪ੍ਰੇਮ ਕਹਾਣੀ ਕਦੇ ਨਾ ਸੱਜਣਾ ਹੋ ਪੁਰਾਣੀ, ਵਿਛੜ ਗਏ ਆਪਾਂ ਆਪਾਂ ਹੋ ਗਿਆ ਹੁਣ ਦੂਰ ਬੜੇ, ਕਈ ਸਾਲ ਹੋ ਗਏ ਮਿਲਿਆਂ ਨੂੰ ਕੀ ਕਰੀਏ ਹਾਂ ਮਜਬੂਰ ਬੜੇ, ਕਈ ਸਾਲ ਹੋ ਗਏ ਮਿਲਿਆਂ ਨੂੰ ਕੀ ਕਰੀਏ ਹਾਂ ਮਜਬੂਰ ਬੜੇ, ਅਸੀਂ ਹਾਂ ਦੂਰ ਬੜੇ। ਇਹ ਗੀਤ ਸੀ ਮੇਰਾ ਜੀ ਤੇਰੀ ਮੇਰੀ ਪ੍ਰੇਮ ਕਹਾਣੀ। ਵਾਹ ਜੀ ਵਾਹ, ਬਹੁਤ ਖੂਬਸੂਰਤ। ਸੋ ਦੋਸਤੋ, ਅੱਜ ਆਪਾਂ ਨੇ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ ਰਜਿੰਦਰ ਸੋਨਮ ਜੀ ਦੇ ਨਾਲ, ਔਰ ਸੋਨਮ ਜੀ ਤੁਹਾਡਾ ਮੈਂ ਆਪਣੇ ਪੂਰੇ ਰੇਡੀਓ ਦੀ ਟੀਮ ਵੱਲੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਆ ਕਿ ਤੁਸੀਂ ਸਮਾਂ ਕੱਢਿਆ ਅਤੇ ਕੋਈ ਸੁਨੇਹਾ ਮਿੱਤਰਾਂ ਨਾਲ ਤੁਸੀਂ ਸਾਂਝਾ ਕਰਨਾ ਚਾਹੋ? ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਸਿਮਰਜੀਤ ਸਿੰਘ ਸੰਮੀ ਭਾਅ ਜੀ ਉਹਨਾਂ ਦਾ, ਤੁਹਾਡਾ ਅਤੇ ਦੁਆਬਾ ਰੇਡੀਓ ਦਾ, ਅਤੇ ਮੇਰੇ ਬੜੇ ਅੱਛੇ ਦੋਸਤ ਅਮਰੀਕ ਜੱਸਲ ਜੀ ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਰੂਬਰੂ ਹੋਇਆ, ਅਤੇ ਮੈਂ ਬਹੁਤ ਬਹੁਤ ਥੈਂਕਸ ਅਮਰੀਕ ਜੱਸਲ ਭਾਅ ਜੀ ਦਾ ਵੀ, ਤੁਹਾਡਾ ਸਾਰਿਆਂ ਦਾ, ਰਾਹੁਲ ਜੀ ਦਾ ਵੀ, ਪੂਰੀ ਟੀਮ ਦਾ, ਨਾਲ ਮੇਰੇ ਦਲਜੀਤ ਆਇਆ ਮੇਰਾ ਦੋਸਤ, ਉਹਦਾ ਵੀ ਬਹੁਤ ਬਹੁਤ ਧੰਨਵਾਦ ਜੀ। ਬਸ ਮੁਹੱਬਤ ਕਰੋ, ਪਿਆਰ ਕਰੋ, ਮੁਹੱਬਤ ਨਾਲ ਦੀ ਕੋਈ ਗੱਲ ਨਹੀਂ, ਵੈਰ ਵਿਰੋਧ ਵਿੱਚ ਕੁਛ ਨਹੀਂ ਰੱਖਿਆ, ਈਰਖਾ ਜਿਹੜੀ ਬੰਦੇ ਨੂੰ ਈਰਖਾ ਜਿਹੜੀ ਹੈ ਮੈਂ ਠੀਕ ਨਹੀਂ, ਬੰਦੇ ਦੀ ਸਿਹਤ ਲਈ ਵੀ ਨਹੀਂ ਠੀਕ, ਵੈਸੇ ਵੀ ਨਹੀਂ ਠੀਕ, ਮੁਹੱਬਤ ਕਰਨੀ ਚਾਹੀਦੀ ਹੈ, ਮੁਹੱਬਤ ਬਹੁਤ ਵਧੀਆ ਚੀਜ਼ ਹੈ, ਦੋਸਤਾਂ ਮਿੱਤਰਾਂ ਨਾਲ, ਭੈਣ ਭਰਾਵਾਂ ਨਾਲ, ਹਰ ਇੱਕ ਰਿਸ਼ਤੇ ਨੂੰ ਸਮਝ ਕੇ ਉਹਦੇ ਰਿਸ਼ਤੇ ਦੀ ਕਦਰ ਕਰੋ, ਰਿਸ਼ਤਿਆਂ ਨੂੰ ਬਦਨਾਮ ਨਾ ਕਰੋ, ਰਿਸ਼ਤੇ ਜੋ ਬਣਾਉਂਦੇ ਹੋ ਤੁਸੀਂ ਉਹਨਾਂ ਨਾਲ ਪਿਆਰ ਕਰੋ ਸਾਰਿਆਂ ਨਾਲ। ਜੀ 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 ਦੋਸਤੋ, ਸੋਨਮ ਜੀ ਦੇ ਇਸ ਮੁਹੱਬਤ ਨਾਲ ਭਰਪੂਰ ਸੁਨੇਹੇ ਦੇ ਨਾਲ ਹੀ ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਅਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਇੱਕ ਸ਼ਖਸੀਅਤ ਦੇ ਨਾਲ, ਇੱਕ ਹੋਰ ਰੂਹ ਦੇ ਨਾਲ ਮੁਲਾਕਾਤ ਲੈ ਕੇ।
ਤੇ ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ, ਰੱਬ ਰੱਖ।